ਚੱਲ ਦੀ ਸੈਕਿੰਡ ਹੈਂਡ ਨਾ 125 ਲੈ ਲਿਆ ਮੈਂ ਬੜਾ ਸ਼ੌਕ ਸੀ 125 ਦਾ ਉਹ ਮੈਂ ਗਿਆ ਹੁਣ ਮੈਚ ਖੇਲਣ ਤੇ ਮੈਂ 5-6 ਦਿਨ ਬਾਅਦ ਆਇਆ ਤੇ ਮੈਂ ਆਪਣੇ ਵੱਡੇ ਭਰਾ ਨੂੰ ਮੈਂ ਕਿਹਾ ਯਾਰ ਉਹ ਜਾਵਾਂ ਕਿੱਥੇ ਉਹ ਕਹਿੰਦਾ ਮੈਂ ਤਾਂ ਕਬਾੜ 'ਚ 5,000 ਦਾ ਵੇਚ ਆਇਆ ਯਾਰ ਉਹਨੇ ਬੜੇ ਮੁਸ਼ਕਿਲ ਟਾਈਮ 'ਤੇ ਸਾਥ ਦਿੱਤਾ ਤੂੰ ਯਾਰ 5,000 'ਚ ਵੇਚ ਆਇਆ ਉਹ ਕਹਿੰਦਾ ਯਾਰ ਐਵੇਂ ਦਰਵਾਜ਼ੇ 'ਚ ਪਿਆ ਰਸਤਾ ਵੀ ਬੰਦ ਕੀਤਾ ਅਤੇ ਮਿੱਟੀ ਘੱਟਾ ਵੀ ਪਿਆ ਰਹਿੰਦਾ ਮੈਂ ਕਿਹਾ ਤੈਨੂੰ ਕੀ ਉਹਦੀ ਕਦਰ ਦਾ ਪਤਾ سر تھوڑا کم کروا دینا یار پیچھے ہو جا تھوڑے مہربانی کریں یار آصف بھائی آپ کی سر تھوڑا کم کروا دینا یار پیچھے ہو جا تھوڑے مہربانی کریں یار آصف بھائی آپ کی پیچھے بارش کا